ਨੇ ਪ੍ਰਾਣੀ ਹੋਈ ਏ ਬਿਲਡਿੰਗ ਇਹ ਤਕਰੀਬਨ 125 30 ਸਾਲ ਪੁਰਾਣੀ ਬਿਲਡਿੰਗ ਆ ਜੀ ਪਰ ਇੱਥੇ ਦੀ ਗੱਲ ਖਾਸ ਏ ਆ ਵੀ ਇੱਥੇ ਮਹਾਂਪੁਰਖਾਂ ਦੇ ਚਰਨ ਪਏ ਸੰਤਾਂ ਨੂੰ ਤੇ ਉਹ ਘੂਰ ਲੈਂਦੇ ਸੀ ਤੇ ਸੰਤ ਝੋਲੀ ਚ ਪਵਾ ਲੈਂਦੇ ਉਹਨਾਂ ਦਾ ਗੁੱਸਾ ਠੀਕ ਹੈ ਜੀ ਸੰਤ ਜਰਨੈਲ ਸੋਨੀ ਸੰਤ ਕਰਤਾਰ ਸਿੰਘ ਹੋਣੀ ਬਾਹਰ ਨਾਮ ਸਿੰਘ ਜੀ ਖਾਲਸਾ ਪੰਥ ਦੇ ਜਿਹੜੇ ਮੌਜੂਦਾ ਮੁਖੀ ਨੇ ਮੌਜੂਦਾ ਮੁਖੀ ਨੇ ਉਹਨਾਂ ਦੇ ਵੀ ਇੱਥੇ ਚਰਨ ਪਾਏ ਨੇ ਉਹ ਵੀ ਤਕਰੀਬਨ ਆਉਂਦੇ ਰਹਿੰਦੇ ਉਹਨਾਂ ਦਾ ਤੇ ਘਰ ਆ ਅਸੀਂ ਕਾਲ ਦੋਸਤੋ ਅੱਜ ਇੱਕ ਬਹੁਤ ਵਧੀਆ ਤੇ ਵਿਰਸੇ ਨਾਲ ਜੁੜਦੀ ਵੀਡੀਓ ਲੈ ਕੇ ਆਈਏ ਜਿਹੜੀ ਬਿਲਡਿੰਗ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਹ 130 ਤੋਂ 35 ਸਾਲ ਪੁਰਾਣੀ ਬਿਲਡਿੰਗ ਹੈ ਤੇ ਇਹਦਾ ਨਾ ਇਤਿਹਾਸ ਬਹੁਤ ਵੱਡਾ ਹੈ ਬਿਲਡਿੰਗ ਪੁਰਾਣੀ ਤਾਂ ਆਪਾਂ ਹੋਰ ਵੀ ਬਹੁਤ ਦੇਖੀਆਂ ਨੇ ਪਰ ਇਹਦੇ ਪਿੱਛੇ ਜਿਹੜਾ ਇਤਿਹਾਸ ਹੈ ਉਹ ਤੁਸੀਂ ਜਾਣ ਕੇ ਵੀ ਕਹਿਣਾ ਵੀ ਹਾਂਜੀ ਅੱਜ ਬਹੁਤ ਵਧੀਆ ਤੁਸੀਂ ਇੱਕ ਵੀਡੀਓ ਲੈ ਕੇ ਆਏ ਹੋ ਤੇ ਇੱਥੇ ਬਹੁਤ ਵੱਡੇ ਆਪਣੇ ਸਿੱਖ ਧਰਮ ਦੇ ਮਹਾਪੁਰਸ਼ ਤੇ ਮਹਾਗਿਆਨੀ ਇਹ ਘਰ ਦੇ ਵਿੱਚ ਰਹਿ ਕੇ ਗਏ ਨੇ ਤੋਂ ਆਪਾਂ ਬਾਪੂ ਜੀ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਕਰਾਂਗੇ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਾ ਸੋ ਹੁਜੀ ਕੁ ਫਤ ਜੀ ਅ ਇੱਕ ਤਾਂ ਜੀ ਸਭ ਤੋਂ ਪਹਿਲਾਂ ਆਪਣਾ ਦਰਸ਼ਕਾਂ ਨੂੰ ਨਾਮ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਜੀ ਮੈਂ ਜੀ ਇਕਬਾਲ ਸਿੰਘ ਸ਼ਾਹ ਕਰਕੇ ਸਾਨੂੰ ਬੋਲਦੇ ਪਿੰਡ ਮਹਿਤਾ ਨੰਨਵੇਂ ਟਕਸਾਲ ਜਥਾ ਪਿੰਡਰਾ ਮਹਿਤਾ ਵਾਲਿਆਂ ਨਾਲ ਸਾਡਾ ਪਰਿਵਾਰ ਜਿਹੜਾ ਸਬੰਧਤ ਆ ਪਿੰਡ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਮੈਂ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਇਹ ਕਿੰਨੀ ਪੁਰਾਣੀ ਹੋਈ ਜੀ ਇਹ ਬਿਲਡਿੰਗ ਇਹ ਤਕਰੀਬਨ 125-30 ਸਾਲ ਪੁਰਾਣੀ ਬਿਲਡਿੰਗ ਆ ਜੀ ਮੇਰੇ ਦਾਦਾ ਜੀ ਸ਼ਾਦਲੀਪ ਸਿੰਘ ਹੁਣਾ ਜੀ ਜਿਹਨਾਂ ਦਾ ਨਾਮ ਸੰਤਾਨ ਨੇ ਰੱਖਿਆ ਸੰਤ ਗਿਆਨੀ ਗੁਰਵਚਨ ਸਿੰਘ ਹੁਣਾ ਨਾਮ ਰੱਖਿਆ ਸੀ ਉਹਨਾਂ ਦਾ ਜੀ ਉਹਨਾਂ ਦਾ ਨਾਮ ਵੈਸੇ ਸ਼ਾਹ ਬਲਵੰਤ ਸਿੰਘ ਸੀ ਜੀ ਪਰ ਟਕਸਾਲ 'ਚ ਉਹਨਾਂ ਨੂੰ ਸ਼ਾਦਲੀਪ ਸਿੰਘ ਕਰਕੇ ਬੁਲਦੇ ਸੀ ਠੀਕ ਹੈ ਜੀ ਹਾਂ ਜੀ ਮੈਂ ਉਹਨਾਂ ਦਾ ਪੋਤਰਾ ਬੋਲ ਰਿਹਾ ਠੀਕ ਹੈ ਜੀ ਹਾਂ ਜੀ ਤੇ ਇਹਨੂੰ ਹੁਣ ਸੰਭਾਲਣ ਦਾ ਜਮਾ ਤੁਸੀਂ ਉਠਾਇਆ ਹੋਇਆ ਹੈ ਬਸ ਬੱਚਿਆਂ ਦਾ ਜੀ ਬੱਚੇ ਬਾਹਰ ਗਏ ਸੀ ਉਹਨਾਂ ਨੇ ਫਿਰ ਇਸ ਚੀਜ਼ ਨੂੰ ਚਲੋ ਮਾੜਾ ਮੋਟਾ ਤੇ ਉਹਨਾਂ ਰੱਖੀਦਾ ਹੀ ਆ ਜੀ ਪਰ ਜਿੰਨਾ ਚਾਹੀਦਾ ਉਹਨਾਂ ਸੜਕੋਨੀ ਦੀ ਕੇਅਰ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਇਹਨੂੰ ਮਾੜ ਮੋਟਾ ਚਲੋ ਠੀਕ ਹੈ ਅ ਠੀਕ ਹੈ ਜੀ ਇਹ ਆਪਣਾ ਜੱਦੀ ਘਰ ਸੀਗਾ ਮਤਲਬ ਹਾਂ ਜੀ ਹਾਂ ਜੀ ਦਾਦਾ ਜੀ ਸਾਡੇ ਦਾ ਜੱਦੀ ਘਰ ਸੀ ਠੀਕ ਹੈ ਜੀ ਤੇ ਜੇ ਆਪਾਂ ਇਹਦੀ ਗੱਲ ਕਰੀ ਜੀ ਇਤਿਹਾਸਕ ਪਿਛੋਕੜੇ ਕਰਦਾ ਹਾਂ ਜੀ ਜੀ ਉਹ ਕੀ ਕਹਾਣੀ ਹੈ ਜੀ ਉਹ ਸਾਰੀ ਦਰਸ਼ਕਾਂ ਨਾਲ ਪੇਸ਼ ਕਰਾਂ ਪਾਪੁਰਖ ਸੰਤ ਗਿਆਨੀ ਸੁੰਦਰ ਸੋਣਾ ਨਾਲ ਦਾਦਾ ਜੀ ਦਾ ਬਹੁਤ ਪਿਆਰ ਸੀ ਜੀ ਤੇ ਦਾਦਾ ਜੀ ਦਾ ਸੰਤ ਗਿਆਨੀ ਸੁੰਦਰ ਸੋਣਾ ਨਾਲ ਪਿਆਰ ਕਰਕੇ ਫਿਰ ਉਹਨਾਂ ਦਾ ਸਬੰਧ ਬਣਿਆ ਫਿਰ ਸੰਤ ਗਿਆਨੀ ਗੁਰਬਚਨ ਸੋਣਾ ਦੇ ਸੰਪਰਕ ਚ ਆਏ ਜੀ ਫਿਰ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸਰੀਰ ਛੱਡਿਆ ਜੀ ਉਹ ਸਾਡੇ ਇੱਥੇ ਕੋਲੀ ਘਰਵਾ ਬਾਪੂ ਜੀ ਸਰਦਾਰ ਚੀਨੀਆਂ ਭਾਨ ਸਿੰਘ ਜੀ ਚੀਨੀਆਂ ਉਹਨਾਂ ਦਾ ਘਰੇ ਪਹਿਲਾਂ तकरीबन ਇੱਥੇ ਲੰਮਾ ਸਮਾਂ ਜਿਹੜਾ ਸੀ ਮਹਾਂਪੁਰਖ ਆਪਣੇ ਜਥੇ ਸਮੇਤ ਆਪਣੇ ਜਥਾ ਲਿਆਣ ਕੇ ਇੱਥੇ ਰਹਿੰਦੇ ਰਹੇ ਬੜਾ ਬੜਾ ਲੰਮਾ ਸਮਾਂ ਇੱਥੇ ਠਹਿਰਦੇ ਰਹੇ ਠੀਕ ਹੈ ਜੀ ਤੇ প্রচার ਕਰਨ ਲਈ ਚਲ ਜਾਣਾ ਫਿਰ ਜਦੋਂ तकरीबन ਜਦੋਂ ਸ਼ਾਮ ਨੂੰ ਹੋਣੀ ਫਿਰ ਜਥਾ ਜਿਹੜਾ ਸਾਰਾ तकरीबन ਮਹਾਂਪੁਰਖਾਂ ਦੇ ਸਮੇਤ ਇੱਥੇ ਰਹਿੰਦਾ ਰਿਹਾ ਸਾਡੇ ਕੋਲ ਠੀਕ ਹੈ ਜੀ ਹਾਂ ਜੀ ਮਤਲਬ ਇਸ ਕਾਰਨ ਨੂੰ ਉਹ ਭਾਗ ਮਿਲੇ ਨੇ ਆ ਬਿਲਕੁਲ ਬਿਲਕੁਲ ਸੰਤ ਗਿਆਨੀ ਸੁੰਦਰ ਸਿੰਘ ਸੰਤ ਗੁਰਵਚਨ ਸਿੰਘ ਸੰਤ ਕਰਤਾਰ ਸਿੰਘ ਸੰਤ ਜਰਨੈਲ ਸਿੰਘ ਸੰਤ ਕਰਤਾਰ ਸਿੰਘ ਜੀ ਤੇ ਸੰਤ ਜੇ ਨੈਲਸਨ ਬਾਬੇ ਠਾਕਰ ਸਿੰਘ ਤੇ ਮਹਾਂਪੁਰਖ ਬਾਬੇ ਸਰਦਾਰ ਬਾਬਾ ਹਰਨਾਮ ਸਿੰਘ ਜੀ ਜੀ ਖਾਲਸਾਪੁਰ ਦੇ ਜਿਹੜੇ ਮੌਜੂਦਾ ਮੁਖੀ ਨੇ ਮੌਜੂਦਾ ਮੁਖੀ ਨੇ ਉਹਨਾਂ ਦੇ ਵੀ ਇੱਥੇ ਚਰਨ ਪਾਏ ਨੇ ਉਹ ਵੀ ਤਕਰੀਬਨ ਆਉਂਦੇ ਰਹਿੰਦੇ ਉਹਨਾਂ ਦਾ ਤਾਂ ਘਰ ਆ ਠੀਕ ਹੈ ਜੀ ਹਾਂਜੀ ਉਹ ਵੀ ਇੱਥੇ ਚਰਨ ਪਾਉਂਦੇ ਨੇ ਤੇ ਜੇ ਆਪਾਂ ਗੱਲ ਕਰੀ ਜੀ ਬਾਬਾ ਜਰਨੈਲ ਸਿੰਘ ਪਿੰਡਰਾਵਾਲੀ ਹਾਂਜੀ ਹਾਂਜੀ ਉਹ ਉਹਨਾਂ ਨੇ ਤਾਂ ਕਹਿੰਦੇ ਬਚਪਨ ਇੱਥੇ ਬੀਤੇ ਮਤਲਬ ਉਹਨਾਂ ਦਾ ਉਹ ਪਰਿਵਾਰ ਸੀ ਸਾਡੇ ਜਿਵੇਂ ਉਹ ਛੋਟੇ ਸੀ ਪਹਿਲਾਂ ਲੰਮਾ ਸਮਾਂ ਤੇ ਉਹ ਚਲੋ ਰਹਿ ਜਥੇ ਚ ਰਹਿ ਪਰ ਇੱਥੇ ਵੀ ਮਹਾਂਪੁਰਖਾਂ ਦੇ ਕੋਲ ਰਹਿਣ ਕਰਕੇ ਸਾਡੇ ਇੱਥੇ ਗਰੀਬਖਾਨੇ ਇੱਥੇ ਰਹਿੰਦੇ ਰਹਿਆ ਮਹਾਂਪੁਰਖਾਂ ਨੇ ਜਦੋਂ ਜਿਨ੍ਹਾਂ ਦੀ ਯਾ ਜਿਹੜਾ ਆਪਾਂ ਗੁਰਦੁਆਰਾ ਹੁਣ ਬਣਿਆ ਜੀ ਮੇਰੇ ਦਾਦਾ ਜੀ ਨੇ ਜੀ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇੱਥੋਂ ਜਾਓ ਨਾ ਠੀਕ ਹੈ ਜੀ ਤੇ ਸੰਤ ਕਹਿੰਦੇ ਗੁਰਦੁਆਰਾ ਬਣਾਈਏ ਫਿਰ ਫਿਰ ਮੇਰੇ ਦਾਦਾ ਜੀ ਨੇ ਜ਼ਮੀਨ 5 ਕਿੱਲੇ 3 ਕਨਾਲਾ ਜ਼ਮੀਨ ਭੇਟਾ ਕੀਤੀ ਗੁਰਦੁਆਰਾ ਸਾਹਿਬ ਸਿੰਘ ਬੇਲਾ ਸਿੰਘ ਬੇਲਾ ਗੁਰਦੁਆਰਾ ਜਿਹੜਾ ਤੁਸੀਂ ਅੰਮ੍ਰਿਤਸਰ ਜਲੰਧਰ ਰੋਡ ਤੇ ਵੇਖਦੇ ਹੋ ਜੀ ਉਹ ਗੁਰਦੁਆਰਾ ਬਣਵਾਇਆ ਦਾਦਾ ਜੀ ਨੇ ਜੀ ਫਿਰ ਮਹਿਤੇ ਪਿੰਡ ਨੇ ਸਾਡੇ ਇਲਾਕੇ ਨੇ ਨੌਂ ਕਨਾਲਾ ਜ਼ਮੀਨ ਦਿੱਤੀ ਜੀ ਕਿ ਉੱਥੇ ਗੁਰਦੁਆਰਾ ਬਣਿਆ ਉੱਥੇ ਬੇਸਮੈਂਟਾਂ ਭੋਰੇ ਬਣੇ ਮਾ ਪੁਰਖਾਂ ਨੇ ਬੜੀ ਉੱਥੇ ਪਹਿਲੀ ਕਥਾ ਮਹਾਪੁਰਖਾਂ ਨੇ ਸੰਤ ਗਨਿੰਗਰਵਚਨ ਸਿੰਘ ਜੀ ਹੋਣਾ ਨੇ ਉੱਥੇ ਕੀਤੀ ਠੀਕ ਹੈ ਜੀ ਤੇ ਉਤੋਂ ਬਾਅਦਾਂ ਫਿਰ ਜਦੋਂ ਸੰਤ ਚਲੇ ਗਏ ਫਿਰ ਇੱਥੇ ਆਣ ਕੇ ਜਦੋਂ ਆਉਂਦੇ ਸੀ ਫਿਰ ਇਸ ਤਰ੍ਹਾਂ ਪ੍ਰਚਾਰ ਕਰਨਾ ਫਿਰ ਇੱਥੇ ਆ ਜਾਣਾ ਮੈਂ ਇੱਕ ਗੱਲ ਉਹਨਾਂ ਦੀ ਤੁਹਾਨੂੰ ਕਰਨ ਨੂੰ ਭੁੱਲ ਗਿਆ ਮਾ ਪੁਰਖਾਂ ਨੇ ਹਮੇਸ਼ਾ ਕਹਿਣਾ ਦਾਦਾ ਜੀ ਸਾੜਿਆ ਨੇ ਵੀ ਮੈਂ ਦੋ ਹੀ ਮਨੁੱਖ ਵੇਖੇ ਇੱਕ ਸੰਤ ਗਨਿੰਗਰਵਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਤੇ ਇੱਕ ਸੋਹਣ ਸਿੰਘ ਜੀ ਜੋਸ਼ ਜੀ ਵੀ ਜੋ ਆਪਣਾ ਆਸ਼ਾ ਲਿਕੇ ਤੁਰੇ ਸੀ ਤੇ ਉਹਦੇ ਉੱਤੇ ਅਖੀਰਲੇ ਸਵਾਸਾਂ ਤੱਕ ਨਿਭੇ ਨਿਭੇ ਠੀਕ ਹੈ ਮਹਾਪੁਰਖਾਂ ਨੇ ਵੀ ਅਖੀਰਲੇ ਦਿਨ ਤੱਕ ਕਥਾ ਕੀਤੀ ਸੰਤ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਠੀਕ ਹੈ ਜੀ ਤੇ ਉਸ ਸ਼ਾਮ ਨੂੰ ਫਿਰ ਇੱਥੇ ਠਹਿਰੇ ਇੱਥੇ ਘਰ ਦੇ ਵਿੱਚ ਸੀਗੇ ਇੱਥੇ ਬੈਠੇ ਸੀ ਠੀਕ ਹੈ ਜੀ ਤੇ ਜਦੋਂ ਸ਼ਾਮ ਪਈ ਤੇ ਦਾਦਾ ਜੀ ਨੂੰ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਵੀ ਮੇਰਾ ਰਾਦਾ ਬਾਪੂ ਪਾਂਸੋਣਾ ਦੇ ਘਰ ਚ ਅੱਜ ਅੱਜ ਉਹਨਾਂ ਨੂੰ ਪੁੱਛ ਕੇ ਆ ਉਹਨਾਂ ਦੇ ਘਰੇ ਸਟੇ ਕਰੀਏ ਰਾਤ ਉਹਨਾਂ ਦੇ ਚਬਾਰੇ ਚ ਰਾਤ ਰਹੀਏ ਕਿੱਥੇ ਹੋਣ ਗੁਰਦੁਆਰਾ ਬਣਿਆ ਗੁਰਦੁਆਰਾ ਸਾਹਿਬ ਨੇ ਜੀ ਤੇ ਉਹ ਜਿਹੜੇ ਸੀ ਉਹ ਬੜੇ ਸਖਤ ਸੁਭਾਅ ਦੇ ਆਦਮੀ ਸੀ ਠੀਕ ਹੈ ਜੀ ਪਰ ਰੱਬ ਦੀ ਕਰਨੀ ਉਹ ਕੀ ਗੱਲ ਬਣੀ ਬਾਪੂ ਜੀ ਨੂੰ ਇੱਥੋਂ ਜੋਂ ਗਏ ਨਾਲ ਹੋਰ ਸਿੰਘ ਸੀ ਗੋਪਾਲ ਸਿੰਘ ਸੀ ਨੰਗਲੀ ਤੋਂ ਸੀ ਭਾਈ ਅਮਰ ਸਿੰਘ ਹੋਣੀ ਸੀ ਨਾਲ ਠੀਕ ਹੈ ਤੇ ਫਿਰ ਬਾਪੂ ਜੀ ਸਾਰੇ ਗਰੁੱਪ ਹੀ ਉੱਥੇ ਗਿਆ ਬਾਪੂ ਜੀ ਨੇ ਉਹਨੂੰ ਕਿਹਾ ਬਾਪੂ ਜੀ ਸੰਤ ਕਹਿੰਦੇ ਵੀ ਅੱਜ ਰਾਤ ਤੁਹਾਡੇ ਘਰ ਠਹਿਰਨਾ ਤੁਹਾਡੇ ਚਬਾਰੇ ਚ ਠੀਕ ਹੈ ਜਦੋਂ ਰਾਤ ਸਰੀਰ ਛੱਡਿਆ ਜੀ ਤੇ ਉਹ ਜਦੋਂ ਬਾਹਰ ਆਏ ਉਹਨਾਂ ਨੇ ਬਾਪੂ ਜੀ ਨੇ ਜੋ ਗੱਲ ਕੀਤੀ ਬਾਪੂ ਜੀ ਬਾਪੂ ਭਾਂ ਸੋਣਾ ਜੀ ਤੁਹਾਡੇ ਘਰ ਚ ਠਹਿਰਨਾ ਤੇ ਉਹ ਚੁੱਪ ਕਰਕੇ ਅੰਦਰ ਚਲੇ ਗਏ ਠੀਕ ਹੈ ਜੀ ਉਹਨਾਂ ਸਾਰੇ ਘਰ ਨੂੰ ਲੋਕ ਕੀਤਾ ਤੇ ਲਿਆ ਕੇ ਤੇ ਚਾਬੀਆਂ ਬਾਪੂ ਜੀ ਨੂੰ ਫੜਾਤੀਆਂ ਮੇਰੇ ਫਾਦਰ ਸਾਹਿਬ ਨੂੰ ਠੀਕ ਹੈ ਜੀ ਨਾਲ ਸਿੰਘ ਸੀ ਸਾਰੇ ਗਰੁੱਪੀ ਸੀ ਸਾਰਿਆਂ ਨੂੰ ਚਾਬੀਆਂ ਫੜਾਤੀਆਂ ਪੀ ਇਹ ਟਕਸਾਲ ਦਾ ਹੀ ਘਰ ਆ ਟਕਸਾਲ ਦਾ ਹੀ ਘਰ ਆ ਤੇ ਬੜੀ ਹੈਰਾਨਗੀ ਹੋਈ ਬ੍ਰਹਮ ਗਿਆਨੀ ਜਿਹੜੇ ਸੀ ਮਹਾਪੁਰਖ ਸੀ ਉਹ ਬੜੀ ਉੱਚੀ ਅਵਸਥਾ ਸੀ ਉਹਨਾਂ ਦੇ ਜੀਵਨ ਬਾਰੇ ਤੇ ਕੀ ਮੇਰੇ ਵਰਗਾ ਤੇ ਆਮ ਨਾ ਚੀਜ਼ ਬੰਦੇ ਨੇ ਕੀ ਦੱਸ ਲੈਣਾ ਜੀ ਉਹ ਤੇ ਕੀ ਆ ਬਾਤ ਸੀ ਉਹਨਾਂ ਦੇ ਜੀਵਨ ਦੀ ਜੀ ਤੇ ਉਹ ਫਿਰ ਜਦੋਂ ਦੌੜੇ ਆਏ ਦਵਾ ਦਾ ਵੀ ਬਾਪੂ ਜੀ ਨੂੰ ਆਣ ਕੇ ਸੰਤਾਂ ਨੂੰ ਦੱਸਿਆ ਵੀ ਉਹ ਕਹਿੰਦੇ ਆਜੋ ਫਿਰ ਰਾਤ ਉੱਥੇ ਸੰਤ ਚਲੇ ਗਏ ਉਹਨਾਂ ਦੇ ਫਿਰ ਜਥਾ ਇੱਥੇ ਸੀ ਭਾਈ ਉੜੀਸਾ ਜੀ ਗੁਰਮਖ ਸਿੰਘ ਜੀ ਉੜੀਸਾ ਜਿਨ੍ਹਾਂ ਨੇ ਮਹਾਪੁਰਖਾਂ ਦੇ ਨਾਲ ਉਹਨਾਂ ਦੀ ਚਿਖਾ ਛਾਲ ਮਾਰੀ ਸੀ ਨਾਲ ਹੀ ਸ੍ਰੀ ਛੜਤਾ ਸੀ ਨਾਲ ਹੀ ਸ੍ਰੀ ਛੜਤਾ ਭਾਈ ਗੁਰਮਖ ਸਿੰਘ ਉੜੀਸਾ ਜੀ ਬਿਹਾਰ ਤੋਂ ਸੀ ਜੀ ਤੇ ਮਾਹਪੁਰਖਾ ਨਾਲ ਬਹੁਤ ਨੇੜੇ ਦਾ ਪਿਆਰ ਸੀ। ਪਿਆਰ ਸੀ। ਉਹ ਵੀ ਉਸ ਟਾਈਮ ਇੱਥੇ ਸੀ ਉਹ ਫਾਰਮ ਤੇ ਸੀ ਸਾਡੇ ਤੇ। ਠੀਕ ਹੈ ਜੀ। ਜਥਾ ਫਾਰਮ ਤੇ ਸੀ। ਬਾਕੀ ਸਿੰਘ ਉੱਥੇ ਫਿਰ ਉਹ ਜੋ ਰਾਤ 1 ਵਜੇ ਦੇ ਕਰੀਬ ਮਾਹਪੁਰਖਾ ਨੇ ਸਰੀਰ ਛੱਡਿਆ। ਜੀ। ਅੰਦਾਸ ਵੀ ਉੱਥੇ ਸੀ ਮੇਰਾ ਵੀ ਉੱਥੇ ਫੋਟੋ ਹੈਗੀ ਛੋਟੀ ਜੀ ਮੈਂ ਤੁਹਾਨੂੰ ਦਿਖਾਉਂਦਾ। ਜੀ। ਤੇ ਉੱਥੋਂ ਫਿਰ ਭਾਈ ਅਦਿਸ਼ਾ ਜੀ ਉੱਥੋਂ ਦੌੜੇ ਪਤਾ ਲੱਗਾ ਮੈਸੇਜ ਲੱਗਾ ਵੀ ਮਾਹਪੁਰਖ ਛੜਾਈ ਕਰ ਗਏ ਨੇ। ਫਿਰ ਉੱਥੋਂ ਦੌੜ ਕੇ ਉੱਥੇ ਗਏ। ਚਲੋ ਉਹ ਜੋ ਪਾਣਾ ਸੀ ਉਹ ਵਾਪਰ ਚੁੱਕਾ ਸੀ। ਠੀਕ ਹੈ ਜੀ। ਤੇ ਫਿਰ ਉਹ ਮਹਾਂਪੁਰਖਾਂ ਦਾ ਸਰੀਰ ਸੰਸਕਾਰ ਵਾਸਤੇ ਲਿਕੇ ਗਏ ਤੇ ਉੱਥੇ ਸੰਸਕਾਰ ਕਰਕੇ ਫਿਰ ਇਸ ਸਥਾਨ ਨੂੰ ਜਿਹੜਾ ਸੰਤ ਗਿਆਨੀ ਕਰਤਾਰ ਸਿੰਘ ਬੜੀ ਸਖਤ ਮਿਹਨਤ ਕਰਕੇ 8 ਸਾਲਾਂ ਦੇ ਵਿੱਚ ਮਹਾਂਪੁਰਖਾਂ ਨੇ ਇਹਨੂੰ ਏਡਾ ਵੱਡੀ ਬਿਲਡਿੰਗ ਬਣਵਾਈ ਬਣਵਾਈ ਹਾਂਜੀ ਫਿਰ ਸੰਤ ਗਿਆਨੀ ਲਸੋਣੀ ਠੀਕ ਹੈ ਜੀ ਤੇ ਇੱਕ ਵਾਰ ਦਰਸ਼ਕਾਂ ਨੂੰ ਆਪ ਅੰਦਰੋਂ ਵੀ ਦਿਖਾ ਦਈਏ ਜੀ ਹਾਂਜੀ ਹਾਂਜੀ ਤੇ ਨਾਲ-ਨਾਲ ਕਰ ਤੇ ਦੇਖੋ ਵੀ ਦਰਸ਼ਕੋ 130 ਸਾਲ ਪਹਿਲਾਂ ਕਿਸ ਤਰ੍ਹਾਂ ਦੀ ਜਿਹੜੀ ਮਤਲਬ ਬਿਲਡਿੰਗ ਦਾ ਸਟਰਕਚਰ ਹੁੰਦਾ ਸੀਗਾ ਤੇ ਕਿੰਨੀ ਮਜ਼ਬੂਤੀ ਸੀ ਉਹ ਚੀਜ਼ਾਂ ਚ ਅੱਜ ਵੀ ਉੱਥੇ ਉਵੇਂ ਖੜਾ ਜੀ ਪਰ ਇੱਥੇ ਦੀ ਗੱਲ ਖਾਸ ਇਹ ਆ ਵੀ ਇੱਥੇ ਮਹਾਂਪੁਰਖਾਂ ਦੇ ਚਰਨ ਪਏ ਮਹਾਂਪੁਰਖਾਂ ਦੇ ਚਰਨ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਚਰਨ ਪਏ ਆ ਸੰਤ ਕਰਤਾਰ ਸਿੰਘ ਸੰਤ ਭਗਾਂ ਵਾਲੀ ਜਗ੍ਹਾ ਹੈ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਇੱਥੇ ਚਰਨ ਪਏ ਨੇ ਜੀ ਬਾਬੇ ਹਰਨਾਮ ਸਿੰਘ ਜੀ ਬੜੀ ਵਿਸ਼ੇਸ਼ ਤੌਰ ਤੇ ਆਉਂਦੇ ਨੇ ਠੀਕ ਹੈ ਜੀ ਜਦੋਂ ਉਹਨਾਂ ਨੇ ਆਉਣਾ ਉਹ ਤਕਰੀਬਨ ਇੱਥੋਂ ਹੋ ਕੇ ਜਾਣਾ ਠੀਕ ਹੈ ਜੀ ਇਹ ਉਹਨਾਂ ਦਾ ਕਾਰਜ ਕੋਈ ਹੋਰ ਜਾਦ ਜੀ ਕੋਈ ਜੋ ਤੁਹਾਡੇ ਜਾਣ ਚ ਹੋਵੇ ਬਸੇ ਉਹਨਾਂ ਦਾ ਜਾਦਾਂ ਤੇ ਉਹਨਾਂ ਦੀਆਂ ਬਹੁਤ ਨੇ ਉਹਨਾਂ ਦੀ ਜ਼ਿੰਦਗੀ ਦੀਆਂ 104 ਸਾਲ ਦੀ ਇਹ ਚ ਉਹਨਾਂ ਦੀ ਡੈਥ ਹੋਈ ਸੀ ਜੀ ਹਾਂ ਤੇ ਮਾਹਪੁਰਖਾਣਾ ਤੇ ਅਥਾ ਪਿਆਰ ਸੀ ਜੀ ਮਾਹਪੁਰਖਾ ਨੂੰ ਤੇ ਉਹ ਜਦੋਂ ਇੱਕਦਮ ਇੱਕਦਮ ਬਾਬੇ ਹਰਨਾਮ ਸਿੰਘ ਨਾਲ ਗੱਲ ਕਰ ਰਹੇ ਸੀ ਵੀ ਸੰਤਾਂ ਨੂੰ ਤੇ ਉਹ ਘੂਰ ਲੈਂਦੇ ਸੀ ਤੇ ਸੰਤ ਝੋਲੀ ਚ ਪਵਾ ਲੈਂਦੇ ਉਹਨਾਂ ਦਾ ਗੁੱਸਾ ਠੀਕ ਹੈ ਜੀ ਸੰਤ ਜਰਨੈਲ ਸੋਣੀ ਸੰਤ ਕਰਤਾਰ ਸਿੰਘ ਹੁਣੀ ਤੇ ਉਹਨਾਂ ਦੇ ਬਾਪੂ ਜੀ ਨੂੰ ਵੇਖ ਕੇ ਹੀ ਇੱਕਦਮ ਮਹਿਸੂਸ ਕਰਦੇ ਵੀ ਬਾਪੂ ਜੀ ਆ ਗਏ ਨੇ ਠੀਕ ਹੈ ਜੀ ਇਹਨਾਂ ਪਿਆਰ ਕਰਦੇ ਸੀ ਪਾਪੀ ਨਾ ਬਾਪੀ ਨਾ ਪਿਆਰ ਕਰਦੇ ਸੀ ਬਹੁਤ ਠੀਕ ਹੈ ਜੀ ਗੱਲ ਤੇ ਗੁਰਬਾਣੀ ਦੀ ਆ ਜਿਹੜੇ ਜਿਹੜੇ ਰੱਬ ਦੇ ਲਾੜ ਲੱਗੇ ਉਹਨਾਂ ਦੇ ਸਾਰੇ ਪਿਆਰੇ ਆ ਉਹਨਾਂ ਨੂੰ ਸਾਰੇ ਪਿਆਰ ਕਰਨ ਵਾਲੇ ਆ ਗਰੀਬੀ ਨਾਲ ਜਿਉਂਦੇ ਸੀ ਸਾਰੀ ਜ਼ਿੰਦਗੀ ਬੜੀ ਗਰੀਬੀ ਨਾਲ ਜਿਉਂਦੇ ਸਾਦੀ ਨਾਲ ਜ਼ਿੰਦਗੀ ਸਾਦੀ ਦੀ ਜ਼ਿੰਦਗੀ ਤੇ ਸਾਰੀ ਜ਼ਿੰਦਗੀ ਬਾਲਟਾ ਰੰਬਾ ਮਾਂਜਾ ਝਾੜੂ ਸਾਰੀ ਜ਼ਿੰਦਗੀ ਆਪਣੇ ਕੋਲ ਰੱਖਿਆ ਠੀਕ ਹੈ ਜੀ ਜਦੋਂ ਉਹ ਉਹ ਸਾਡੀਆਂ ਹਵੇਲੀਆਂ ਸੀ ਉਹ ਸਾਡੇ ਪਿੰਡ ਦੀਆਂ ਜਿੱਥੇ ਗੁਰਦੁਆਰਾ ਬਣਿਆ ਨਾ ਜੀ ਸਾਡੇ ਸਾਰੇ ਪਿੰਡ ਦੀਆਂ ਹਵੇਲੀਆਂ ਪਰ ਦਾਦਾ ਜੀ ਨੇ ਸਫਾਈ ਕਰਨੀ ਲੋਕਾਂ ਨੇ ਮਹਿਸੂਸ ਕਰਨਾ ਵੀ ਸ਼ਾਹ ਹੁਣੀ ਵੱਡੀ ਉਮਰ ਦੇ ਹੋ ਗਏ ਆ ਠੀਕ ਹੈ ਜੀ ਵੀ ਇਹਨਾਂ ਨੂੰ ਹੁਣ ਪਤਾ ਨਹੀਂ ਲੱਗਦਾ ਇੱਥੇ ਸਫਾਈ ਕਰਦੇ ਆ ਤੇ ਬਾਬਾ ਜੀ ਨੇ ਬਾਪੂ ਜੀ ਨੇ ਕਹਿਣਾ ਵੀ ਜਦੋਂ ਲੋਕਾਂ ਨੇ ਸਫਾਈ ਕਰਨੀ ਡੰਗਰਾਂ ਥੱਲੇੋਂ ਬਾਪੂ ਜੀ ਨੇ ਕਹਿਣਾ ਕਹਣਾ ਇਸ ਜਗ੍ਹਾ ਨੂੰ ਆਮ ਨਾ ਜਗਾ ਸਮਝੋ ਹਾਂਜੀ ਇੱਥੇ ਸੂਰਬੀਰਾਂ ਯੋਧਿਆਂ ਮਹਾਪੁਰਖਾਂ ਦੇ ਚਰਨ ਪੈਣੇ ਆ ਪਰ ਲੋਕ ਸੋਚਣ ਪੀਏ ਤੇ ਵਿਲੀਆਂ ਨੇ ਡੰਗਰ ਵੱਜੇ ਨੇ ਤੇ ਮਹਾਪੁਰਖ ਕਿਹੜਿਆਂ ਦੇ ਚਰਨ ਪੈ ਜਾਣੇ ਆ ਜਿੰਨੀ ਕਿਸੇ ਦੀ ਪੜ੍ਹਾਈ ਆ ਜਿੰਨੀ ਕਿ ਪੜ੍ਹਾਈ ਆ ਜਹੇ ਜੇ ਲੋਕਾਂ ਹੀ ਸੋਚਣੀ ਆ ਉਹੋ ਜੀ ਗੱਲ ਕਰਨੀ ਸੀ ਜੀ ਫਿਰ ਉਹ ਜਗ੍ਹਾ ਨੂੰ ਜਦੋਂ ਲੰਬਾ ਸਮਾਂ ਬੀਤਿਆ ਫਿਰ ਉੱਥੇ ਸਫਾਈ ਜਾ ਕੇ ਕਰਨੀ ਲੋਕਾਂ ਹੱਸਣਾ ਵੀ ਮਜ਼ਾਕ ਵੀ ਕਰਨੇ ਬਾਪੂ ਜੀ ਨੂੰ ਜੀ ਪਰ ਉਹਨਾਂ ਕਹਣਾ ਇੱਥੇ ਤੁਹਾਨੂੰ ਪਤਾ ਲੱਗੂਗਾ ਜਦੋਂ ਜਦੋਂ ਇੱਥੇ ਲੋਹ ਲੰਗਰ ਤਪੇ ਮਹਾਪੁਰਖਾਂ ਦੇ ਚਰਨ ਪੈ ਫੇ ਤੁਹਾਨੂੰ ਪਤਾ ਲੱਗ ਪਰ ਉਹ ਅੱਜ ਵਿਖੀ ਦਾ ਮਹਾਪੁਰਖ ਆ ਕੇ ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਹੋਣੀ ਮਹਾਪੁਰਖ ਸਾਡਾ ਪਿੰਡ ਨੂੰ ਚੋਰਾ ਦਾ ਪਿੰਡ ਕਹਿੰਦੇ ਸੀ ਮਹਿਤਾ ਚੋਰਾ ਦਾ ਠੀਕ ਹੈ ਜੀ ਤੇ ਅੱਜ ਹੁਣ ਇਹ ਕਿਆ ਬਾਤ ਬਣ ਗਈ ਉਹਨਾਂ ਨੇ ਪਿੰਡਰਾਂ ਵਾਲੇ ਬਣਾਤਾ ਠੀਕ ਹੈ ਠੀਕ ਉਹਨਾਂ ਨੇ ਸਾਡੇ ਨੂੰ ਪਿੰਡ ਨੂੰ ਸਾਡੇ ਤੇ ਭਾਗ ਲਾ ਕੇ ਸਾਡਾ ਪਿੰਡ ਪਿੰਡਰਾਂ ਵਾਲਾ ਬਣਾਤਾ ਠੀਕ ਹੈ ਜੀ ਹਾਂ ਜੀ ਤੇ ਬਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਫਿਰ ਵੀ ਸਿੱਖ ਜਗਤ 'ਚ ਇਹ ਚੀਜ਼ ਮਤਲਬ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਨੀ ਜੋ ਤੁਹਾਡੇ ਨੇੜੇ ਦੇ ਨੇ ਜਾਂ ਜੋ ਟਕਸਾਲੀ ਜੁੜੇ ਹੋਏ ਨੇ ਉਹਨਾਂ ਨੂੰ ਜਿਆਦਾ ਪਤਾ ਹੋਣਾ ਪਰ ਅੱਜ ਆਪਾਂ ਕੈਮਰੇ ਸਾਹਮਣੇ ਮਤਲਬ ਸਾਰੇ ਆਪਣੇ ਸਿੱਖ ਜਗਤ ਨੂੰ ਦੱਸਣ ਦੀ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਦੱਸਿਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਫਲ ਸਾਬ ਜੀ ਕੀ ਪਤਾ ਤੇ ਜੀ